ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੇਡੀਓ ਖਾਲਸਾ ਪੰਥ ਅਮਰੀਕਾ ਤੋਂ ਅੱਜ ਆਪਾਂ ਵਿਸ਼ੇਸ਼ ਪ੍ਰੋਗਰਾਮ ਲੈ ਕਰਕੇ ਵੀ ਪੰਥ ਵਿੱਚ ਵੱਧ ਰਿਹਾ ਵਿਵਾਦ, ਉਹਦਾ ਕਾਰਨ ਕੀ ਹੈ, ਉਸ ਕਾਰਨ ਨੂੰ ਵਿਚਾਰਨ ਵਾਸਤੇ ਸਾਡੇ ਨਾਲ ਗੁਰਮਤਿ ਵਿਵੇਕ ਦੇ ਗੁਰਮੁਖ ਪਿਆਰੇ ਕੈਨੇਡਾ ਤੋਂ ਪਹੁੰਚੇ ਆ ਤੇ ਅਸੀਂ ਉਹਨਾਂ ਨਾਲ ਵਿਚਾਰ ਕਰਾਂਗੇ। ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਆਪਣੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ ਕਿ ਆਪ ਜੀ ਰਹਿੰਦੇ ਕਿੱਥੇ ਹੋ ਅਤੇ ਸਾਡਾ ਜਿਹੜਾ ਗੁਰਮਤਿ ਵਿਵੇਕ ਜਿਹੜਾ ਜਥਾ ਆ ਉਹਦਾ ਮੁੱਖ ਮੰਤਵ ਕੀ ਹੈ ਜੀ। ਹਾਂਜੀ, ਅਸੀਂ ਕੈਨੇਡਾ ਦੇ ਵਿੱਚ ਟੋਰੋਂਟੋ ਦੇ ਵਿੱਚ ਰਹਿਣ ਵਾਲੇ ਹਾਂ ਜੀ, ਅਤੇ ਟੋਰੋਂਟੋ ਦੇ ਵਿੱਚ ਆਪਾਂ ਸਾਰੇ ਸਿੰਘ ਇਕੱਠੇ ਹੋ ਕੇ ਵਿਚਰਦੇ ਹਾਂ ਉੱਥੇ, ਅਤੇ ਸਾਡਾ ਇੱਕ ਸਕੂਲ ਵੀ ਆ ਗੁਰਮਤਿ ਵਿਵੇਕ ਵਿਦਿਆਲਿਆ, ਉੱਥੇ ਵੀਕਐਂਡਸ 'ਤੇ ਸੈਟਰਡੇ ਸੰਡੇ ਆਪਾਂ ਕਲਾਸਾਂ ਲਗਾਉਂਦੇ ਹਾਂ, ਅਤੇ ਆਪਾਂ ਜਿਹੜਾ ਯੂਟਿਊਬ 'ਤੇ ਚੈਨਲ ਸ਼ੁਰੂ ਕੀਤਾ ਗੁਰਮਤਿ ਵਿਵੇਕ, ਇਹਦਾ ਮੁੱਖ ਮੰਤਵ ਇਹ ਸੀ ਕਿ ਅੱਜ ਦੇ ਸਮੇਂ ਜੋ ਗੁਰਮਤਿ ਦਾ ਪ੍ਰਚਾਰ ਹੋਣਾ ਚਾਹੀਦਾ ਸੀ ਉਹ ਹੋ ਨਹੀਂ ਰਿਹਾ। ਨੈਗੇਟਿਵ ਗੱਲਾਂ ਤਾਂ ਕਾਫੀ ਹੋ ਰਹੀਆਂ ਨੇ ਪਰ ਜਿਹੜਾ ਪੋਜ਼ਿਟਿਵ ਪ੍ਰਚਾਰ ਆ ਗੁਰਮਤਿ ਦਾ ਉਹ ਘੱਟ ਹੋ ਰਿਹਾ ਸੀ। ਸੋ ਉਹ ਉਸ ਨੂੰ ਮੁੱਖ ਰੱਖਦੇ ਹੋਏ ਕਿ ਲੋਕਾਂ ਤੱਕ ਆਵਾਜ਼ ਗੁਰਮਤਿ ਦਾ ਜਿਹੜਾ ਸੰਦੇਸ਼ ਆ ਉਹ ਪਹੁੰਚੇ, ਅਤੇ ਉਹ ਮੁੱਖ ਰੱਖਦੇ ਹੋਏ ਅਸੀਂ ਯੂਟਿਊਬ ਚੈਨਲ ਸ਼ੁਰੂ ਕੀਤਾ ਸੀ। ਠੀਕ ਹੈ। ਮੈਂ ਕਾਫੀ ਵੀਡੀਓ ਆਪ ਜੀ ਦੀਆਂ ਸੁਣੀਆਂ, ਬਹੁਤ ਜ਼ਿਆਦਾ ਸ਼ਲਾਘਾਯੋਗ ਜਿਹੜਾ ਕੰਮ ਆ ਅਤੇ ਬਹੁਤ ਜ਼ਿਆਦਾ ਉਹਦਾ ਪੋਜ਼ਿਟਿਵ ਪੂਰੀ ਸੰਗਤ ਵਿੱਚ ਜਾ ਰਿਹਾ, ਅਤੇ ਗੁਰੂ ਸਾਹਿਬ ਕਿਰਪਾ ਕਰਨ ਇੱਦਾਂ ਹੀ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਜਿਹੜੀ ਗੁਰਮਤਿ ਦਾ ਜਿਹੜਾ ਪ੍ਰਚਾਰ ਹੋਵੇ ਮੈਂ ਇਹ ਆਸ ਕਰਦਾ। ਅਤੇ ਸਭ ਤੋਂ ਪਹਿਲਾਂ ਅੱਜ ਆਪਾਂ ਵਿਸ਼ਾ ਵਿਚਾਰਨਾ ਹੈ ਵੀ ਜਿਹੜਾ ਅੱਜ ਕੱਲ੍ਹ ਜਿਹੜਾ ਵਾਦ ਵਿਵਾਦ ਦਾ ਕਾਰਨ ਹੈ ਉਹ ਹੈ ਕੀ ਹੈ, ਅਤੇ ਇਹਦਾ ਸਭ ਤੋਂ ਤੁਸੀਂ ਮੇਰਾ ਪਹਿਲਾ ਇੱਕ ਇਹ ਸਵਾਲ ਆ ਕਿ ਤੁਸੀਂ ਇਸ ਨੂੰ ਕੀ ਸਮਝਦੇ ਆ, ਕਿਸੇ ਦੀ ਨਿੱਜੀ ਰੰਜਸ ਆ ਜਾਂ ਨਿੱਜੀ ਮਫਾਦ ਆ ਕਿ ਜਾਂ ਹੋਰ ਕੋਈ ਕਾਰਨ ਆ। ਸਭ ਤੋਂ ਪਹਿਲਾਂ ਕਾਰਨ ਦੱਸੋ ਕਿ ਮੁੱਢ ਉਹਦਾ ਮੁੱਢ ਕੀ ਹੈ, ਕਿ ਜਿਹੜਾ ਅੱਜ ਪੰਥ ਵਿੱਚ ਵਾਦ ਵਿਵਾਦ ਕਿੰਤੂ ਪਰੰਤੂ ਹੈ, ਇਹਦਾ ਕਾਰਨ ਕੀ ਤੁਸੀਂ ਸਮਝਦੇ ਹੋ? ਇਹਦਾ ਸਭ ਤੋਂ ਵੱਡਾ ਕਾਰਨ ਇਹ ਲੱਗਦਾ ਜੀ, ਮੂਲ ਕਾਰਨ ਜੋ ਸਾਨੂੰ ਸਮਝ ਆਉਂਦੀ ਆ ਕਿ ਇਹਦੇ ਸਭ ਤੋਂ ਪਹਿਲਾਂ ਤਾਂ ਭਾਗੀਦਾਰ ਅਸੀਂ ਆਪ ਹਾਂ ਕਿ ਸੱਚੇ ਪਾਤਸ਼ਾਹ ਨੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਾਂ ਨੂੰ ਜੋ ਸਿੱਖਿਆ ਦਿੱਤੀ ਸੀ, ਜੋ ਹੁਕਮ ਦਿੱਤੇ ਸੀ, ਜੋ ਰਹਿਤ ਬਹਿਤ ਆਪਾਂ ਨੂੰ ਦਿੱਤੀ, ਉਹ ਆਪਾਂ ਪਿੱਛੇ ਹਟ ਗਏ ਉਸ ਚੀਜ਼ ਤੋਂ, ਉਹ ਆਪਾਂ ਭੁਲਾ ਬੈਠੇ, ਅਤੇ ਆਪਣਾ ਜਿਹੜਾ ਪ੍ਰੈਕਟੀਕਲ ਲਾਈਫ ਆਪਣੀ ਲਾਈਫ ਆ, ਪ੍ਰੈਕਟੀਕਲ ਜੀਵਨ ਆ, ਉਹ ਆਪਣਾ ਗੁਰਮਤਿ ਦੇ ਅਨੁਸਾਰ ਹੀ ਨਹੀਂ ਰਿਹਾ ਪੂਰਾ। ਅਤੇ ਉਹਦੇ ਕਰਕੇ ਪੰਥ ਦੇ ਵਿੱਚ ਸਾਰੀ ਆਪੋ ਧਾਪੀ ਪੈ ਗਈ, ਹਰੇਕ ਕੋਈ ਆਪਣੇ ਵਿਊਜ਼ ਦੱਸਣ ਲੱਗ ਗਿਆ ਕਿ ਇਹ ਸਿੱਖੀ ਆ, ਅਤੇ ਜਿਹੜੇ ਸਿੱਖਿਆ ਗੁਰੂ ਸਾਹਿਬ ਨੇ ਦਿੱਤੀ ਸੀ ਉਹ ਆਪਾਂ ਭੁਲਾ ਦਿੱਤੀ। ਉਹ ਉਸ ਆਪੋ ਧਾਪੀ ਦੇ ਵਿੱਚ ਫਿਰ ਗੁਰਮਤਿ ਦੇ ਕਈ ਸਿਧਾਂਤਾਂ ਨੂੰ ਖੰਡਨ ਕੀਤਾ ਜਾਣ ਲੱਗ ਗਿਆ, ਕਈ ਨਵੇਂ ਬਣ ਗਏ, ਇਸ ਤਰੀਕੇ ਦੇ ਨਾਲ ਉਹ ਸਾਰਾ ਉਹ ਵਾਦ ਵਿਵਾਦ ਸ਼ੁਰੂ ਹੋ ਚੁੱਕੇ ਆ। ਸੋ ਇਹਦਾ ਮੁੱਖ ਮੂਲ ਕਾਰਨ ਇਹੀ ਲੱਗਦਾ। ਅੱਛਾ, ਤੁਹਾਨੂੰ ਇੱਦਾਂ ਨਹੀਂ ਲੱਗਦਾ ਵੀ ਜਿਹੜੇ ਕਿੰਤੂ ਪਰੰਤੂ ਕਾਰਨ ਦਾ ਕਾਰਨ, ਮਤਲਬ ਲੜਾਈ ਦਾ ਕਾਰਨ ਜਿਹੜਾ ਕਿੰਤੂ ਪਰੰਤੂ ਬਣਦਾ, ਜਿੱਦਾਂ ਕਿ ਦਸਮ ਗ੍ਰੰਥ ਹੋ ਗਿਆ ਜਾਂ ਭਾਈ ਗੁਰਦਾਸ ਦੀਆਂ ਵਾਰਾਂ ਹੋ ਗਈਆਂ ਜਾਂ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਹੋ ਗਈਆਂ ਅਤੇ ਹੋਰ ਜਿਹੜੇ ਧਾਰਮਿਕ ਬਿਲਾਸ ਪਾਤਸ਼ਾਹੀ ਛੇਵੀਂ ਹੋ ਗਈ ਜਾਂ ਇੱਦਾਂ ਦੇ ਗ੍ਰੰਥ ਜਿਹੜੇ ਕਿ ਧਾਰਮਿਕ ਆ ਅਤੇ ਪੰਥ ਪ੍ਰਮਾਣਿਤ ਆ, ਜਦੋਂ ਉਹਨਾਂ ਬਾਰੇ ਕੋਈ ਗਲਤ ਬੋਲਦਾ, ਗਲਤ ਟੀਕਾ ਟਿੱਪਣੀ ਕਰਦਾ ਆ, ਅਤੇ ਜ਼ਿਆਦਾਤਰ ਉਹਨਾਂ ਗੁਰਮੁਖ ਪਿਆਰਿਆਂ ਨੂੰ ਜਿਨ੍ਹਾਂ ਨੇ ਇਹਨਾਂ ਵਿੱਚੋਂ ਆਪਣਾ ਜੀਵਨ ਨੂੰ ਮਾਣਿਆ ਆ, ਅਤੇ ਉਹ ਜੀਵਨ ਨੂੰ ਜਦੋਂ ਉਹ ਅਤੇ ਇਹਨਾਂ ਬਾਰੇ ਕੋਈ ਗਲਤ ਟੀਕਾ ਟਿੱਪਣੀ ਕਰਦਾ ਆ ਅਤੇ ਉਹ ਟੀਕਾ ਟਿੱਪਣੀ ਜਿਹੜੀ ਉਹਨਾਂ ਨੂੰ ਦੁੱਖ ਲੱਗਦਾ ਇਸ ਗੱਲ ਦਾ, ਕਿ ਇਹ ਕਾਰਨ ਨਹੀਂ ਬਣਦਾ ਤੁਹਾਨੂੰ ਇੱਦਾਂ, ਕਿ ਇਹਦੇ ਬਾਰੇ ਕੀ ਤੁਸੀਂ ਕਹਿੰਦੇ ਹੋ? ਇਹ ਵੀ ਹੈ ਵੀ ਜਦੋਂ ਆਪਾਂ ਬੇਲੋੜੇ ਝਗੜੇ ਸ਼ੁਰੂ ਕਰਦੇ ਹਾਂ, ਬੇਲੋੜੀਆਂ ਗੱਲਾਂ ਕਰਦੇ ਹਾਂ, ਉਦੋਂ ਵਿਵਾਦ ਸ਼ੁਰੂ ਹੁੰਦਾ, ਵਿਵਾਦ ਹੋਰ ਖੜ੍ਹਾ ਹੁੰਦਾ। ਪਰ ਫਿਰ ਵੀ ਮੁੱਖ ਕਾਰਨ ਤਾਂ ਇਹੀ ਆ ਵੀ ਜਿਹੜਾ ਖਾਲਸਾ ਪੰਥ ਆ, ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਸਿੱਖਿਆ ਦਿੱਤੀ ਆ, ਰਹਿਤ ਰਹਿਣੀ ਬਖਸ਼ੀ ਆ, ਉਹ ਤੋਂ ਆਪਾਂ ਡਿੱਗ ਗਏ ਹਾਂ,
ਉਹ ਤੋਂ ਦੂਰ ਸਮਾਂ ਪਾ ਕੇ ਦੂਰ ਹੋਏ ਹਾਂ ਅਤੇ ਦੂਰ ਹੋਣ ਕਾਰਨ ਇੱਦਾਂ ਦੇ ਵਿਵਾਦ ਸ਼ੁਰੂ ਹੋ ਗਏ ਆ ਆਪਦੇ ਸਾਰੇ ਆਪਦੇ ਆਪਦੇ ਹਿਸਾਬ ਨਾਲ ਸੋਚਦੇ ਨੇ ਵੀ ਆਹ ਠੀਕ ਆ ਆਹ ਠੀਕ ਆ ਜੇ ਆਪਾਂ ਗੁਰਮਤਿ ਅਪਣਾਈਏ ਗੁਰਬਾਣੀ ਨੂੰ ਸਮਝੀਏ ਗੁਰਬਾਣੀ ਦੇ ਮਗਰ ਲੱਗੀਏ ਤਾਂ ਸਭ ਕੁਛ ਠੀਕ ਹੋ ਜਾਂਦਾ ਗੁਰਬਾਣੀ ਦਾ ਮੁੱਖ ਉਪਦੇਸ਼ ਜਿਹੜਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਉਹਨਾਂ ਦੀ ਗੱਲ ਕਹਿ ਰਹੇ ਸਾਰੇ ਵੀ ਇਕੱਤਰ ਹੋ ਕੇ ਆਪਾਂ ਬੈਠੀਏ ਪਰ ਬੈਠ ਕੇ ਕਰਨਾ ਕੀ ਆ ਕਿ ਲਿਵ ਲਾਉਣੀ ਆ ਨਾਮ ਅਤੇ ਗੁਰਬਾਣੀ ਵਿੱਚ ਲਿਵ ਜੋੜਨੀ ਆ ਜੇ ਆਪਾਂ ਲਿਵ ਜੋੜਾਂਗੇ ਤਾਂ ਸਾਰੇ ਜਿਹੜੇ ਮਸਲੇ ਨੇ ਦੂਰ ਹੋ ਜਾਂਦੇ ਨੇ ਸਭ ਕੁਛ ਫਿਰ ਪਤਾ ਲੱਗ ਜਾਂਦਾ ਗੁਰਮਤਿ ਤਾਂ ਪਤਾ ਲੱਗਦਾ ਜੇ ਆਪਾਂ ਆਪਣਾ ਅਧਿਆਤਮਿਕ ਪਾਸਾ ਹੋਊਗਾ ਤਾਂ ਹੀ ਆਪਾਂ ਨੂੰ ਪਤਾ ਲੱਗੂਗਾ ਵੀ ਸਿੱਖੀ ਕੀ ਕਹਿੰਦੀ ਆ ਅਤੇ ਕਈ ਹੁਣ ਪ੍ਰਚਾਰਕਾਂ ਦਾ ਇਹ ਹੈ ਉਹਨਾਂ ਦਾ ਸੋਚ ਇਹ ਹੈ ਕਿ ਅਧਿਆਤਮਿਕ ਪੱਖ ਨੂੰ ਰੂਹਾਨੀਅਤ ਪੱਖ ਨੂੰ ਉਹ ਡਿਫਰੈਂਟ ਵੇ ਨਾਲ ਉਹਨੂੰ ਪੇਸ਼ ਕਰਦੇ ਹੈ ਅਤੇ ਜਿਹਦੇ ਕਰਕੇ ਕਿ ਜਿਹੜੇ ਬੰਦੇ ਹੁਣ ਬਾਣੀ ਪੜ੍ਹਦੇ ਹੁੰਦੇ ਆ ਨਾਮ ਜਪਦੇ ਹੁੰਦੇ ਆ ਜਿਹੜਾ ਅਧਿਆਤਮਿਕ ਪੱਖ ਉਹ ਆਪਣੇ ਆਪ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰਨ ਦੇ ਹੁੰਦੇ ਆ ਅਤੇ ਜਦੋਂ ਉਹ ਇੱਦਾਂ ਦੀ ਕੋਈ ਗੱਲ ਕਰ ਦਿੰਦੇ ਆ ਅਤੇ ਉਹਨਾਂ ਨੂੰ ਇੱਦਾਂ ਲੱਗਦਾ ਜਿਹੜੀ ਕੀ ਕਰਦੇ ਆ ਫਿਰ ਉਹ ਫਿਰ ਉਹਦਾ ਉਹਨਾਂ ਕੁਆਚਨਾਂ ਦਾ ਆਂਸਰ ਪੁੱਛਣ ਵਾਸਤੇ ਜਿੱਥੇ ਉਹ ਪ੍ਰਚਾਰਕ ਆਇਆ ਹੁੰਦਾ ਅਤੇ ਉਹ ਪ੍ਰਚਾਰਕ ਨੂੰ ਮਤਲਬ ਵੀ ਪੁੱਛਣ ਲਈ ਵੀ ਇਹ ਤੂੰ ਗੱਲ ਕੀਤੀ ਹੈ ਵੀ ਇਹਦਾ ਜਵਾਬ ਦੇ ਅਤੇ ਫਿਰ ਉਹ ਤੁਹਾਨੂੰ ਇੱਦਾਂ ਲੱਗਦਾ ਹੈ ਕਿ ਉਹ ਜਿਹੜਾ ਜਵਾਬ ਜਦੋਂ ਮੰਗੇ ਜਾਂਦੇ ਹੈ ਅਤੇ ਫਿਰ ਉਹ ਬੈਠਦੇ ਨਹੀਂ ਹੈ ਜਾਂ ਫਿਰ ਅਤੇ ਉਹ ਉਸ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਅਤੇ ਜਿਹਦੇ ਕਰਕੇ ਉਦੋਂ ਵੀ ਟਕਰਾਅ ਬਣਦਾ ਇੱਦਾਂ ਵੀ ਹੋ ਸਕਦਾ ਕੁਛ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਪ੍ਰਚਾਰਕ ਇੱਦਾਂ ਦਾ ਕੱਲ੍ਹ ਪੁੱਠੀਆਂ ਗੱਲਾਂ ਕਰਕੇ ਜਾਂ ਫਿਰ ਨੈਗੇਟਿਵ ਪ੍ਰਚਾਰ ਕਰਕੇ ਇਸ ਤਰ੍ਹਾਂ ਕਰ ਰਹੇ ਹਾਂ ਨਾ ਆਪਾਂ ਹੀ ਉਹਨਾਂ ਨੂੰ ਬੜਾਵਾ ਦੇ ਰਹੇ ਹਾਂ ਆਪਾਂ ਉਹਨਾਂ ਦੀ ਗੱਲ ਸੁਣਦੇ ਕਿਉਂ ਆਪਾਂ ਉਹਨਾਂ ਦੇ ਸਮਾਗਮਾਂ 'ਤੇ ਜਾਂਦੇ ਕਿਉਂ ਜਦੋਂ ਆਪਾਂ ਨੂੰ ਪਤਾ ਕਿ ਇਸ ਬੰਦੇ ਨੇ ਪੰਥ ਪ੍ਰਮਾਣਿਤ ਜਾਂ ਫਿਰ ਰਵਾਇਤ ਅਨੁਸਾਰ ਨਹੀਂ ਗੱਲ ਕਰਨੀ ਇਹਨੇ ਪੁੱਠੀ ਗੱਲ ਕਰਨੀ ਆ ਤਾਂ ਆਪਾਂ ਉਹਨਾਂ ਦੇ ਸਮਾਗਮਾਂ 'ਤੇ ਜਾਓ ਹੀ ਨਾ ਉਹਨਾਂ ਨੂੰ ਬੜਾਵਾ ਕਿਉਂ ਦੇ ਰਹੇ ਹਾਂ ਬਿਲਕੁਲ ਅਸੀਂ ਇਹ ਗੁਰੂ ਨਾਨਕ ਨਾਮ ਲੈਵਾ ਸੰਗਤ ਨੂੰ ਬੇਨਤੀ ਵੀ ਕਰਾਂਗੇ ਕਿ ਜੋ ਅੱਜ ਕੱਲ੍ਹ ਨਾਸਤਿਕਤਾ ਦਾ ਪ੍ਰਚਾਰ ਵੱਧ ਰਿਹਾ ਵਾ ਆਪਾਂ ਬਹੁਤ ਬਹੁਤ ਜ਼ਿਆਦਾ ਸੁਣਦੇ ਹਾਂ ਯੂਟਿਊਬ ਭਰੀ ਪਈ ਆ ਫੇਸਬੁੱਕ ਭਰੀ ਪਈ ਆ ਨਾਸਤਿਕਤਾ ਦਾ ਪ੍ਰਚਾਰ ਹੋ ਰਿਹਾ ਸ਼ਰਧਾ ਖਤਮ ਕੀਤੀ ਜਾ ਰਹੀ ਆ ਸੋ ਅਸੀਂ ਬੇਨਤੀ ਇਹ ਕਰਾਂਗੇ ਜੇ ਇਹ ਜਿਹਨੂੰ ਸ਼ਰਧਾ ਆ ਉਹਨੂੰ ਪਤਾ ਕਿ ਜੋ ਗੁਰਮਤਿ ਆ ਅੰਦਰੋਂ ਪਤਾ ਲੱਗ ਜਾਂਦਾ ਕਿ ਗੁਰੂ ਸਾਹਿਬ ਨੇ ਇੱਦਾਂ ਕਿਹਾ ਸ਼ਰਧਾ ਜਿਹੜੇ ਸ਼ਰਧਾਵਾਨ ਗੁਰਸਿੱਖ ਨੇ ਗੁਰੂ ਨਾਨਕ ਨਾਮ ਲੈਵਾ ਸੰਗਤ ਆ ਉਹ ਇੱਦਾਂ ਦੇ ਪ੍ਰਚਾਰ ਤੋਂ ਦੂਰ ਰਹਿਣ ਉਹ ਪੋਜ਼ਿਟਿਵ ਪ੍ਰਚਾਰ ਵੱਲ ਧਿਆਨ ਦੇਣ ਇੱਦਾਂ ਦਾ ਜਦੋਂ ਆਪਾਂ ਸੁਣਦੇ ਆਪਣੇ ਮਨ ਦੇ ਵਿੱਚ ਦੁਬਿਧਾ ਪੈਦਾ ਹੁੰਦੀ ਆ ਸ਼ੰਕੇ ਖੜ੍ਹੇ ਹੁੰਦੇ ਆ ਸਾਡਾ ਜੀਵਨ ਪੱਧਰ ਡਿੱਗਦਾ ਆ ਸੋ ਸਾਨੂੰ ਇੱਦਾਂ ਦੇ ਪ੍ਰਚਾਰ ਤੋਂ ਦੂਰ ਰਹਿਣਾ ਚਾਹੀਦਾ ਸੰਗਤ ਨੂੰ ਪਰ ਕਈਆਂ ਨੂੰ ਉਹ ਇੱਦਾਂ ਪ੍ਰਚਾਰ ਕਰਦੇ ਆ ਗੱਲ ਨੂੰ ਗੋਲ ਕਰਦੇ ਆ ਬਹੁਤ ਜਿਹੜੇ ਲੋਕ ਆ ਸਮਝਦੇ ਨਹੀਂ ਗੱਲ ਨੂੰ ਸਮਝ ਨਹੀਂ ਉਹਨਾਂ ਦਾ ਦਿਮਾਗ ਦਾ ਪੱਧਰ ਕਹਿ ਲਓ ਜਾਂ ਉਹਨਾਂ ਦੀ ਸੋਚ ਕਹਿ ਲਓ ਉਹਨਾਂ ਨੂੰ ਸਮਝ ਨਹੀਂ ਲੱਗਦੀ ਕਿ ਇਹ ਬੰਦਾ ਗੱਲ ਸਹੀ ਕਰ ਰਿਹਾ ਹੁਣ ਬਹੁਤ ਜਿਹੜਾ ਵੱਡਾ ਵਰਗ ਆ ਉਹ ਗੱਲ ਨੂੰ ਸਮਝ ਨਹੀਂ ਉਹਨਾਂ ਨੂੰ ਗੱਲ ਨਹੀਂ ਸਮਝ ਲੱਗ ਰਹੀ ਵੀ ਇਹ ਗੱਲ ਨੂੰ ਕਿੱਦਾਂ ਕਰੇ ਕਈ ਚਲਾਕੀ ਦੇ ਨਾਲ ਅਤੇ ਆਪਣੀ ਬੁੱਧੀ ਨੂੰ ਜਿੱਦਾਂ ਹੋਰ ਹਿਸਾਬ ਨਾਲ ਗੱਲ ਉਹਨਾਂ ਨੇ ਕਰਨੀ ਜਿੱਦਾਂ ਨਾਸਤਿਕਤਾ ਵਾਲੀ ਹੁੰਦੀ ਹੈ ਪਰ ਉਹਨੂੰ ਗੋਲ ਕਰਕੇ ਕਰਦੇ ਆ ਅਤੇ ਹੋਰ ਕਿਸੇ ਦਾ ਸਹਾਰਾ ਲੈਂਦੇ ਜਿੱਦਾਂ ਸਰੋਵਰਾਂ ਦੀ ਗੱਲ ਕਰ ਲਓ ਜਾਂ ਉਹ ਸਰੋਵਰਾਂ ਦੇ ਵਿੱਚ ਉਹ ਕਹਿ ਭਾਈ ਗੁਰਦਾਸ ਦੀਆਂ 12 ਦੀ ਹਵਾਲਾ ਦੇ ਦੇਣਗੇ ਦੇਖੋ ਜੀ ਸਰੋਵਰਾਂ 'ਚ ਨਹਾਉਣ ਦੇ ਜੇ ਕੁਛ ਹੋਣਾ ਹੁੰਦਾ ਤਾਂ ਡੱਡਾਂ ਮੱਛੀਆਂ ਨੂੰ ਜਿਹੜਾ ਹੈਗਾ ਆ ਉਹਨਾਂ ਦੀ ਗਤੀ ਹੋਣੀ ਚਾਹੀਦੀ ਹੈ ਵੀ ਜਿੱਦਾਂ ਅਤੇ ਹੋਰ ਜਿਹੜੇ ਇੱਦਾਂ ਦੇ ਕਈ ਸਵਾਲ ਆ ਕਿ ਉਹ ਉਹਨਾਂ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਉਹਨਾਂ ਦੇ ਗਲਤ ਅਰਥ ਕੱਢ ਕੇ ਜਾਂ ਬਾਣੀ ਦੇ ਗਲਤ ਅਰਥ ਕੱਢ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਦੱਸਦੇ ਆ ਭਾਈ ਵੀ ਇਹਦਾ ਇਹ ਅਰਥ ਆ ਅਤੇ ਪਰ ਉਹਦਾ ਅਰਥ ਕੁਛ ਹੋਰ ਹੁੰਦਾ ਆ ਅਤੇ ਉਹਦਾ ਕਾਰਨ ਵੀ ਮੈਨੂੰ ਇੱਦਾਂ ਲੱਗਦਾ ਕਿ ਉਹ ਵੀ ਕੁਛ ਉਹਦਾ ਵੀ ਬਣਦਾ ਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਮਤਲਬ ਹਾਂਜੀ ਬਿਲਕੁਲ ਇਹ ਗੱਲ ਸੱਚੀ ਆ ਕਿ ਪ੍ਰਚਾਰ ਗਲਤ ਹੋ ਰਿਹਾ ਅਤੇ ਇਹਦੇ ਜਵਾਬ ਦੇ ਵਿੱਚ ਜਿਹੜੇ ਸੂਝਵਾਨ ਗੁਰਸਿੱਖ ਨੇ ਉਹ ਉੱਦਮ ਵੀ ਉਪਰਾਲਾ ਵੀ ਕਰਦੇ ਨੇ ਜਿਵੇਂ ਆਪਾਂ ਦੇਖਿਆ ਹੋਣਾ ਕਾਫੀ ਵਾਰ ਫੇਸਬੁੱਕ 'ਤੇ ਵੀ ਪੜ੍ਹੀ ਦਾ ਜਾਂ ਸੁਣੀ ਦਾ ਹੋਰ ਸਿੰਘਾਂ ਪਾਸੋਂ ਕਿ ਜਿਵੇਂ ਦਸਮ ਗ੍ਰੰਥ ਦੇ ਖਿਲਾਫ ਪ੍ਰਚਾਰ ਸ਼ੁਰੂ ਹੋਇਆ ਅਤੇ ਉਹਦੇ ਨਾਲ
ਜਿਹੜੇ ਅੱਜ ਦੇ ਜਿਹੜੇ ਨੌਜਵਾਨ ਸਿੰਘ ਨੇ ਉਹ ਬਹੁਤ ਸਿੰਘ ਖੋਜ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਦਸਮ ਗ੍ਰੰਥ ਦੀ। ਸੋ ਹੋ ਸਕਦਾ ਉਹ ਨਾ ਖੋਜ ਕਰਦੇ ਪਹਿਲਾਂ, ਪਰ ਉਹਨੇ ਖੋਜ ਕਰਕੇ ਤੇ ਸੂਝਵਾਨ ਗੁਰਸਿੱਖ ਉਹ ਤੱਥ ਨੇ ਜਿਹੜੇ ਜਿਹੜੇ ਉਹ ਗਲਤ ਕਰਦੇ ਆ ਪ੍ਰਚਾਰ, ਉਹਦਾ ਉਹ ਕਰਕੇ ਸਾਹਮਣੇ ਵੀ ਰੱਖ ਰਹੇ ਆ। ਅਸੀਂ ਆਪ ਵੀ ਇਹ ਕੋਸ਼ਿਸ਼ ਕਰੀਦੀ ਆ ਕਿ ਗੁਰਮਤਿ ਦੇ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਸਾਹਮਣੇ ਆਪਾਂ ਯੂਟਿਊਬ 'ਤੇ ਆਪਾਂ ਅਪਲੋਡ ਕਰੀਦਾ, ਚੈਨਲ 'ਤੇ ਕੋਈ ਵੀਡੀਓ ਨਵੀਂ ਬਣਾ ਕੇ ਟੋਪਿਕ ਲੈ ਕੇ ਵੀ ਉਹ ਅਸਲੀ ਪੱਖ ਵੀ ਸਾਹਮਣੇ ਕੀਤਾ ਜਾਵੇ। ਸੋ ਇਹਦਾ ਇਹੀ ਤਰੀਕਾ ਕਿ ਆਪਾਂ ਆਪ ਗੁਰਮਤਿ ਦੀ ਜਿਹੜੀ ਜਿਹੜੀ ਗੱਲ ਆ ਉਹ ਵੀ ਸਾਹਮਣੇ ਆਪਾਂ ਸੰਗਤ ਨੂੰ ਸਾਹਮਣੇ ਪੇਸ਼ ਕਰੀਏ ਕਿ ਅਸਲ ਦੇ ਵਿੱਚ ਗੁਰਮਤਿ ਸਿਧਾਂਤ ਇਹ ਆ। ਫਿਰ ਅਗਲੇ ਦੇ ਜਿਹਨੇ ਸੁਣਨਾ ਵਾ, ਆਪਾਂ ਅਸਲ ਦੇ ਵਿੱਚ ਸਾਰਿਆਂ 'ਤੇ ਕੰਟਰੋਲ ਨਹੀਂ ਕਰ ਸਕਦੇ। ਕਈ ਵਾਰ ਇੱਦਾਂ ਹੁੰਦਾ ਕਿ ਆਪਾਂ ਦੁਨੀਆ ਦੀ ਫਿਕਰ ਦੇ ਵਿੱਚ ਪੈ ਜਾਂਦੇ ਹਾਂ, ਫਿਕਰੇ ਦੁਨੀਆ ਕਰਦੇ ਹਾਂ ਵੀ ਜਿਹੜਾ ਵੱਡਾ ਕੰਮ ਹੁੰਦਾ ਬਹੁਤ ਜ਼ਿਆਦਾ ਉਹ ਆਪਾਂ ਹੈਂਡਲ ਨਹੀਂ ਕਰਦੇ, ਆਪਾਂ ਉਹਦੇ ਵਿੱਚ ਪੈ ਜਾਂਦੇ ਹਾਂ। ਸੋ ਆਪਾਂ ਨੂੰ ਇੱਦਾਂ ਮੇਰੇ ਹਿਸਾਬ ਨਾਲ ਇੱਦਾਂ ਕਰਨਾ ਚਾਹੀਦਾ, ਸਾਡੇ ਹਿਸਾਬ ਨਾਲ ਵੀ ਜਿਵੇਂ ਹੁਣ ਨਾਮ ਗੁਰਬਾਣੀ ਦਾ ਮਤਲਬ ਆ, ਗੁਰੂ ਸਾਹਿਬ ਨੇ ਨਾਮ ਨਾਲ ਲਿਵ ਜੁੜਨ ਨੂੰ ਕਿਹਾ ਆਪਾਂ ਨੂੰ, ਅੰਮ੍ਰਿਤ ਵੇਲਾ ਕਰਨ ਨੂੰ ਕਿਹਾ। ਅਤੇ ਜੇ ਹੁਣ ਕੋਈ ਇਸ ਇਹਨਾਂ ਸਿਧਾਂਤਾਂ 'ਤੇ ਅਟੈਕ ਕਰ ਰਿਹਾ, ਨਾਮ 'ਤੇ ਅਟੈਕ ਕਰ ਰਿਹਾ, ਅੰਮ੍ਰਿਤ ਵੇਲੇ 'ਤੇ ਅਟੈਕ ਕਰ ਰਿਹਾ, ਅਤੇ ਆਪਾਂ ਜਿਹੜੇ ਗੁਰਸਿੱਖ ਦੱਸਦੇ ਆ ਉਹਦੇ ਬਾਰੇ ਕਿ ਨਹੀਂ ਅਸਲ ਦੇ ਵਿੱਚ ਅੰਮ੍ਰਿਤ ਵੇਲਾ ਹੁੰਦਾ, ਨਾਮ ਜਪਣਾ ਹੁੰਦਾ, ਅਤੇ ਪਰ ਬਹੁਤ ਵਾਰ ਦੇਖਣ ਦੇ ਵਿੱਚ ਆਇਆ ਕਿ ਉਹ ਖੁਦ ਅੰਮ੍ਰਿਤ ਵੇਲਾ ਪੱਕਾ ਨਹੀਂ ਕਰਦੇ ਹੁੰਦੇ ਜਾਂ ਖੁਦ ਨਾਮ ਦਾ ਅਭਿਆਸ ਉਹਨਾਂ ਨਹੀਂ ਹੁੰਦਾ। ਇਹਦੇ ਨਾਲ ਕੀ ਹੁੰਦਾ ਕਿ ਜਿਹੜਾ ਉਹ ਉਪਦੇਸ਼ ਸੰਗਤ ਨੂੰ ਕਰਦੇ ਆ, ਦੱਸਦੇ ਆ, ਉਹਦਾ ਅਸਰ ਬਹੁਤ ਥੋੜ੍ਹਾ ਪੋਜ਼ਿਟਿਵ ਨਹੀਂ ਜਾਂਦਾ। ਹਾਂਜੀ, ਬਹੁਤ ਥੋੜ੍ਹਾ ਕਿ ਕਿਉਂਕਿ ਜਿਹੜੇ ਬਚਨ ਕੋਈ ਆਪ ਕਮਾ ਰਿਹਾ ਅਤੇ ਉਹਨਾਂ ਬਚਨਾਂ ਨੂੰ ਕਮਾਉਂਦੇ ਹੋਏ ਕੋਈ ਬੰਦਾ ਉਹਦਾ ਫਿਰ ਦੱਸ ਰਿਹਾ ਵੀ ਅਸਲ ਸੱਚ ਇਹ ਆ, ਉਹਨਾਂ ਬਚਨਾਂ ਦਾ ਅਸਰ ਜ਼ਿਆਦਾ ਹੁੰਦਾ। ਸੋ ਗੱਲ ਫਿਰ ਉੱਥੇ ਆਉਂਦੀ ਹੈ ਕਿ ਸਾਡਾ ਜੀਵਨ ਇੰਨਾ ਉੱਚਾ ਹੋਵੇ, ਅਸੀਂ ਆਪਣੇ ਆਪ ਤੋਂ ਸ਼ੁਰੂ ਕਰ ਸਕਦੇ ਹਾਂ। ਅਸੀਂ ਆਪ ਸਭ ਤੋਂ ਪਹਿਲਾਂ ਆਪ ਦੀ ਚੜ੍ਹਦੀ ਕਲਾ ਸਾਡੀ ਹੋਵੇ ਕਿ ਅਸੀਂ ਗੁਰਮਤਿ ਦੇ ਹਰੇਕ ਸਿਧਾਂਤ 'ਤੇ ਅਸੀਂ ਆਪ ਪ੍ਰੈਕਟੀਕਲ ਉਹਨੂੰ ਸਿਧਾਂਤ ਨੂੰ ਕਮਾਉਂਦੇ ਹੋਈਏ ਆਪ, ਅਤੇ ਕਿਉਂਕਿ ਫਿਰ ਅਸੀਂ ਤਾਂ ਹੀ ਕਹਿ ਸਕਦੇ ਵੀ ਸਾਡੇ ਇਸ ਗੱਲ 'ਚ ਨਿਸ਼ਚਾ ਆ। ਜੇ ਅਸੀਂ ਆਪ ਉਸ ਗੱਲ ਨੂੰ ਨਹੀਂ ਕਮਾਉਂਦੇ ਇਹਦਾ ਮਤਲਬ ਸਾਡਾ ਵੀ ਨਿਸ਼ਚਾ ਹੈ ਨਹੀਂ। ਫਿਰ ਅਸੀਂ ਜਦ ਦੂਜਿਆਂ ਨੂੰ ਉਪਦੇਸ਼ ਕਰਾਂਗੇ ਉਹਦਾ ਫਿਰ ਅਸਰ ਹੋ ਜਾ ਹੋਣਾ। ਸੋ ਆਪ ਦੇ ਪੱਧਰ 'ਤੇ ਕਰੀਏ, ਫਿਰ ਆਪਣਾ ਜਿਵੇਂ ਪਰਿਵਾਰ ਆ ਜਾਂ ਆਪਣੇ ਸਕੇ ਸੰਬੰਧੀ ਨੇ ਆਪਾਂ ਉਹਨਾਂ ਨੂੰ ਨਾਲ, ਕਿਉਂਕਿ ਜਦੋਂ ਕੋਈ ਇਸ ਸਪਿਰਿਚੁਅਲ ਜਿਹੜੀ ਲਾਈਫ ਇਹਦੇ ਵਿੱਚ ਕੋਈ ਅੱਗੇ ਵੱਧਦਾ, ਚੜ੍ਹਦੀ ਕਲਾ ਆਉਂਦੀ ਆ, ਨਾਮ ਦੀ ਕਲਾ ਵਰਤਦੀ ਆ, ਉਹਦੇ ਨਾਲ ਉਹ ਪਾਰਸ ਕਲਾ ਆਪਣੇ ਨਾਲ ਜਿਹੜੇ ਵਿਚਰਦੇ ਨੇ ਉਹਨਾਂ 'ਤੇ ਵੀ ਵਰਤਦੀ ਆ। ਸੋ ਆਪਣਾ ਆਲੇ ਦੁਆਲੇ ਵਾਲੀ ਆਪਣੀ ਸਾਰੀ ਸੰਗਤ ਨੂੰ ਉਹਦੀ ਜਿਹੜੀ ਨਾਮ ਦੀ ਖੁਸ਼ਬੂ ਆ ਆਊਗੀ ਉਹ। ਇਸ ਤਰੀਕੇ ਨਾਲ ਇੱਦਾਂ ਕਰਕੇ ਆਪਾਂ ਆਪਣੇ ਬੇਸ 'ਤੇ ਇਹ ਬਹੁਤ ਆਪਾਂ ਕੋਸ਼ਿਸ਼ ਕਰ ਸਕਦੇ ਹਾਂ, ਭਲਾ ਵੀ ਕਰ ਸਕਦੇ ਹਾਂ ਕਿ ਸੰਗਤਾਂ ਇੱਦਾਂ ਜੁੜਨ। ਕੋਈ ਇੱਕ ਬੰਦਾ ਨਾਮ ਜਪੂਗਾ ਉਹਦੇ ਨਾਲ ਪੰਜ ਸਿੰਘ ਹੋਰ ਜੁੜ ਜਾਣਗੇ, ਹੋਰ ਸੰਗਤ ਜੁੜੂਗੀ, ਉੱਥੋਂ ਫਿਰ ਇੱਦਾਂ ਕਰ ਕਰਕੇ ਪੂਰਾ ਦੇ ਪੂਰ ਸਿੰਘਾਂ ਦੇ ਹੋਣਗੇ। ਅਤੇ ਇਹ ਨੈਗੇਟਿਵ ਪ੍ਰਚਾਰ ਇਹਨਾਂ ਦਾ ਸੁਣਨਾ ਹੀ ਹੈ ਨਹੀਂ ਫਿਰ ਕਿਸੇ ਨੇ, ਜਦੋਂ ਸਿੰਘ ਇੰਨੇ ਜ਼ਿਆਦਾ, ਸੰਗਤ ਇੰਨੀ ਜ਼ਿਆਦਾ ਹੋਜੂ ਨਾਮ ਬਾਣੀ ਨਾਲ ਜੁੜੀ। ਪਰ ਕਈ ਵਾਰੀ ਇੱਦਾਂ ਭਾਈ ਸਾਹਿਬ ਹੁੰਦਾ ਆ ਕਿ ਜਿੱਦਾਂ ਸਾਡੀ ਫੈਮਿਲੀ ਆ, ਸਾਡਾ ਪਰਿਵਾਰ ਆ, ਅਤੇ ਉਸ ਸਾਡੇ ਪਰਿਵਾਰ ਨੂੰ, ਧੀ ਨੂੰ, ਭੈਣ ਨੂੰ, ਮਾਂ ਨੂੰ, ਆਪਣੇ ਪਰਿਵਾਰ ਵਿੱਚੋਂ ਜਦੋਂ ਕੋਈ, ਜੇ ਸਾਨੂੰ ਕੋਈ ਬਾਹਰੋਂ ਆ ਕੇ ਕੋਈ ਗੱਲ ਕਰਦਾ, ਕੋਈ ਮਾੜਾ ਸ਼ਬਦ ਬੋਲਦਾ, ਅਸੀਂ ਇਮੀਡੀਏਟਲੀ ਐਕਸ਼ਨ ਲੈਂਦੇ ਹਾਂ ਉਹ, ਕਿਉਂਕਿ ਅਸੀਂ ਉਹਦੇ ਉਸ ਪਰਿਵਾਰ ਦੇ ਨਾਲ ਆਪਾਂ ਅੰਦਰੋਂ ਜੁੜੇ ਹੁੰਦੇ ਹਾਂ ਨਾ, ਕਿਉਂਕਿ ਤਾਂ ਇਸ ਲਈ ਇਮੀਡੀਏਟਲੀ ਐਕਸ਼ਨ ਲੈਂਦੇ ਹਾਂ, ਉਸੇ ਵੇਲੇ ਐਕਸ਼ਨ ਲੈਂਦੇ ਹਾਂ। ਪਰ ਗੁਰੂ ਸਾਹਿਬ ਨੇ ਜਦੋਂ ਗੁਰ ਸਰੋਵਰ ਨੂੰ, ਗੁਰ ਇਤਿਹਾਸ ਨੂੰ, ਗੁਰੂ ਕੀਆਂ ਜਿਹੜੀਆਂ ਬਾਣੀ ਦੀਆਂ ਪੋਥੀਆਂ ਆ ਉਹਨਾਂ ਨੂੰ, ਜਾਂ ਫਿਰ ਪ੍ਰਮਾਣਿਤ ਗ੍ਰੰਥ ਨੇ, ਹਾਲਾਂਕਿ ਉਹ ਪ੍ਰਮਾਣਿਤ ਨੇ ਸਿੱਖ ਧਰਮ ਦੇ ਵਿੱਚ, ਜਿਹੜੇ ਕਿ ਦਸਮ ਗ੍ਰੰਥ ਹੋਇਆ, ਭਾਈ ਗੁਰਦਾਸ ਦੀਆਂ ਵਾਰਾਂ, ਗਜ਼ਲਾਂ, ਸਾਰਾ ਕੁਛ ਪ੍ਰਮਾਣਿਤ ਨੇ। ਉਹ ਇੱਕ ਬੰਨੇ ਉਹ ਕਹਿ ਰਿਹਾ ਕਿ ਅਸੀਂ ਜਿਹੜਾ ਹੈਗਾ ਅਕਾਲ ਤਖ਼ਤ ਨੂੰ ਸਮਰਪਿਤ ਆ, ਦੂਜੇ ਬੰਨੇ ਉਹ ਇੱਕ ਗੱਲ ਕਹਿ ਉਹ ਦੂਸਰੇ ਹਿਸਾਬ ਨਾਲ ਕਹਿ ਦੇਣੀ ਆ ਵੀ ਫਿਰ ਜੇ ਤੁਸੀਂ ਸਮਰਪਿਤ ਆ ਤਾਂ ਤੁਸੀਂ ਫਿਰ ਤੁਸੀਂ ਖਿਲਾਫ਼ ਕਿੱਦਾਂ ਬੋਲ ਸਕਦੇ, ਕਿਉਂਕਿ ਉਹ ਤਾਂ ਪ੍ਰਮਾਣਿਤ ਕਹਿਣਦੇ ਆ ਸਾਰਾ ਚੀਜ਼ਾਂ ਨੂੰ ਹੈ ਨਾ। ਪਰ ਮੈਂ ਜਿਹੜੀ ਮੇਰੀ ਗੱਲ ਕਰਨ ਦਾ ਕਾਰਨ ਜੋ ਮੈਂ ਕਹਿ ਰਿਹਾ ਸੀ ਉਹ ਇਹ ਕਹਿ ਰਿਹਾ ਕਿ ਜਿਸ ਤਰ੍ਹਾਂ ਆਪਾਂ ਘਰ ਦੇ ਪਰਿਵਾਰ ਵਾਸਤੇ ਇਮੀਡੀਏਟਲੀ ਐਕਸ਼ਨ ਲੈਂਦੇ ਹਾਂ, ਕੀ ਸਾਨੂੰ ਗੁਰੂ ਸਾਹਿਬ ਦੇ ਨਾਲ ਅੰਦਰੋਂ, ਜਿੱਦਾਂ ਮੈਨੂੰ ਇੱਦਾਂ ਫੀਲ ਹੁੰਦਾ ਆ ਕਿ ਜਿੱਦਾਂ ਗੁਰੂ ਸਾਹਿਬ ਨੂੰ ਕੋਈ ਗੱਲ ਕਰਦਾ ਆ, ਸਰੋਵਰ 'ਤੇ ਕੋਈ ਗੱਲ ਕਰਦਾ ਅਤੇ ਮੇਰੇ ਅੰਦਰੋਂ
ਆਈ ਡੋਂਟ ਨੋ ਕਿ ਮੈਂ ਅਧੂਰਾ ਹੋ ਸਕਦਾ ਵੀ ਮੈਂ ਅਧੂਰਾ ਆ ਹਰੇ ਤਾਂ ਹੁੰਦਾ ਆ ਕੁਛ ਹੁੰਦਾ ਵੀ ਮੈਨੂੰ ਦੁੱਖ ਲੱਗਦਾ ਪਰ ਉਹ ਉਹ ਕੀ ਸਾਨੂੰ ਉਹਦਾ ਐਕਸ਼ਨ ਲੈਣਾ ਚਾਹੀਦਾ ਜਾਂ ਨਾ ਨਹੀਂ ਲੈਣਾ ਚਾਹੀਦਾ ਜਾਂ ਜਵਾਬ ਉਹਨੂੰ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਜ਼ਰੂਰ ਜਵਾਬ ਦੇਣਾ ਚਾਹੀਦਾ ਅਸੀਂ ਤਾਂ ਕਰਕੇ ਵੀ ਜਦੋਂ ਵੀਡੀਓ ਤਿਆਰ ਕੱਢਦੇ ਹਾਂ ਜਿਵੇਂ ਅੰਮ੍ਰਿਤਸਰ 'ਤੇ ਵੀਡੀਓ ਨਿਕਲੀਆਂ ਸੀਗੀਆਂ ਅਤੇ ਅੰਮ੍ਰਿਤਸਰ ਦੇ ਖਿਲਾਫ਼ ਬੋਲ ਰਹੇ ਸੀਗੇ ਕਿ ਪ੍ਰਚਾਰਕ ਹਾਂਜੀ ਅਤੇ ਫਿਰ ਅਸੀਂ ਉਹਦੇ ਵਾਸਤੇ ਇਹੀ ਕੀਤਾ ਵੀ ਦੇਖੋ ਜੇ ਆਪਾਂ ਉਸ ਪ੍ਰਚਾਰਕ ਨੂੰ ਸਿੱਧਾ ਅਟੈਕ ਕਰਦੇ ਹਾਂ ਹਾਂਜੀ ਫਿਰ ਕੀ ਹੁੰਦਾ ਆ ਵੀ ਜਿਹੜਾ ਮਸਲਾ ਆ ਉਹ ਕਿਸੇ ਹੋਰ ਪਾਸੇ ਨੂੰ ਪੈ ਜਾਂਦਾ ਹਾਂ ਵੀ ਉਹ ਕਹਿੰਦੇ ਵੀ ਲੜਾਈ ਪੈ ਜਾਂਦੀ ਆ ਹਾਂਜੀ ਚਾਹੀਦਾ ਇੱਦਾਂ ਆ ਵੀ ਜਿਹੜਾ ਸਿਧਾਂਤ ਆ ਉਹਦੇ ਬਾਰੇ ਗੱਲ ਕਰੋ ਵੀ ਜੋ ਉਹਨਾਂ ਨੇ ਗੱਲ ਕੀਤੀ ਜੇ ਅੰਮ੍ਰਿਤਲੇ ਬਾਰੇ ਉੱਟ ਬੋਲਦੇ ਨੇ ਤਾਂ ਹੀ ਅਸੀਂ ਅੰਮ੍ਰਿਤਲੇ ਬਾਰੇ ਵੀਡੀਓ ਕੱਢੀਆਂ ਨੇ ਤਿੰਨ ਵੀਡੀਓ ਕੱਢੀਆਂ ਅੰਮ੍ਰਿਤਲੇ ਬਾਰੇ ਇੱਕ ਤਾਂ ਅੰਮ੍ਰਿਤਲੇ ਦੀ ਵੀ ਮਹਾਨਤਾ ਕੀ ਆ ਵੀ ਇੰਪੋਰਟੈਂਸ ਅੰਮ੍ਰਿਤਲੇ ਦੀ ਕੀ ਆ ਅਤੇ ਫਿਰ ਅੰਮ੍ਰਿਤਲੇ ਕਰਨਾ ਕੀ ਆ ਅੰਮ੍ਰਿਤਲੇ ਸਵਾਲ ਜਵਾਬ ਅਤੇ ਅੰਮ੍ਰਿਤਲੇ ਉੱਠਣ ਦੀ ਯੋਗਤੀਆਂ ਜੇ ਆਪਾਂ ਪ੍ਰਚਾਰ ਕਰਾਂਗੇ ਦੇਖੋ ਵੀ ਜਿਹੜਾ ਪੰਥ ਹੈ ਇਧਰ ਪਾਸੇ ਜਿਹੜੇ ਨਾਨਕ ਨਾਮ ਲੇਵਾ ਸਿੱਖ ਨੇ ਸ਼ਰਧਾਵਾਨ ਨੇ ਜੇ ਆਪਾਂ ਸਾਰੇ ਇੱਕ ਹੋ ਜਾਈਏ ਆਪਾਂ ਸਾਰੇ ਏਕਤਾ ਵਿੱਚ ਏਕਤਾ ਕਿਵੇਂ ਵੀ ਆਪਾਂ ਨਾਮ ਨਾਲ ਗੁਰਬਾਣੀ ਲਿਵ ਜੋੜੀਏ ਅਤੇ ਫਿਰ ਜਿਹੜਾ ਦੂਜਾ ਪਾਸਾ ਜਿਹੜੇ ਨਾਸਤਕ ਪ੍ਰਚਾਰ ਕਰ ਰਹੇ ਨੇ ਉਹਨਾਂ ਦਾ ਕੋਈ ਜ਼ੋਰ ਹੀ ਨਹੀਂ ਚੱਲਣਾ ਜੋਰ ਤਾਂ ਹੀ ਚੱਲਦਾ ਕਿਉਂਕਿ ਆਪਾਂ ਆਪਸ ਵਿੱਚ ਵੰਡੇ ਹੋਏ ਹਾਂ ਵੰਡੇ ਜੇ ਆਪਣਾ ਆਪਦਾ ਨਹੀਂ ਆਪਦੀ ਏਕਤਾ ਨਹੀਂ ਹੈਗੀ ਤਾਂ ਆਪਾਂ ਉਹਨਾਂ ਨਾਲ ਫਿਰ ਮੁਕਾਬਲਾ ਨਹੀਂ ਕਰ ਸਕਦੇ ਠੀਕ ਹੈ ਜੀ ਇੱਥੇ ਇੱਕ ਹੋਰ ਗੁਰਪ੍ਰਮਾਣ ਜੇ ਉੱਤੇ ਆਉਂਦਾ ਵਾਰ ਵਿਵਾਦ ਕਾਹੂ ਸਿਉਣਾ ਤੀਜਾ ਰਸਨਾ ਰਾਮ ਰਸਾਇਣ ਤੀਜਾ ਹਾਂਜੀ ਇੱਥੇ ਆਹੀ ਹੁਕਮ ਢੁੱਕਦਾ ਕਿ ਵਾਰ ਵਿਵਾਦ 'ਚ ਪੈਣ ਦੀ ਲੋੜ ਨਹੀਂ ਆਪਣੇ ਆਪ ਨੂੰ ਇੰਨਾ ਉੱਚਾ ਕਰੀਏ ਤਕੜੇ ਹੋ ਕੇ ਨਾਮ ਜਪੀਏ ਗੁਰਬਾਣੀ ਦਾ ਪਾਠ ਕਰੀਏ ਰਹਿਤ ਰੱਖੀਏ ਗੁਰੂ ਸਾਹਿਬ ਦੇ ਹੁਕਮ ਕਮਾਈਏ ਆਹ ਵਾਰ ਵਿਵਾਦ ਆਪੇ ਮਿਟ ਜਾਣਗੇ ਅਤੇ ਉਹ ਸਿਧਾਂਤ ਦੀ ਗੱਲ ਪਰ ਜ਼ਰੂਰ ਕਰੇ ਸਿਧਾਂਤ ਦੀ ਗੱਲ ਜ਼ਰੂਰੀ ਹੈ ਵੀ ਜਿੱਦਾਂ ਵਾਦ ਵਿਵਾਦ ਦਾ ਮਤਲਬ ਇਹ ਹੁੰਦਾ ਕਿ ਜਿੱਦਾਂ ਕੋਈ ਹਾਂ ਪਰਸਨ ਉਹ ਬਿਲਕੁਲ ਸਹੀ ਗੱਲ ਆ ਪਰ ਮੈਂ ਇੱਦਾਂ ਸੋਚਦਾ ਹਾਂ ਕਿ ਜਿਹੜੀ ਇਹ ਕਈ ਵਾਰੀ ਜਿਹੜੀਆਂ ਗੱਲਾਂ ਇਹ ਅੱਜ ਕੱਲ੍ਹ ਹੋਣਦੀਆਂ ਕਿਤੇ ਨਾ ਕਿਤੇ ਆ ਕੇ ਉਹ ਨਿੱਜੀ ਰੰਜਸ ਵੀ ਕਾਰਨ ਬਣਦੀ ਹੈ ਨਿੱਜੀ ਰੰਜਸ ਵੀ ਜਿਹੜੀ ਆ ਉਹ ਉਹਦਾ ਰੰਗ ਵੀ ਚੜਿਆ ਹੋਇਆ ਉਸ ਚੀਜ਼ ਤੇ ਉਹ ਉਹਨੂੰ ਫਿਰ ਪੂਰੇ ਕੌਮ ਨੂੰ ਉਹਨੂੰ ਝੱਲਣਾ ਪੈ ਜਾਂਦਾ ਤੁਹਾਨੂੰ ਲੱਗਦਾ ਇੱਦਾਂ ਨਿੱਜੀ ਰੰਜਸ ਦਾ ਵੀ ਤੁਹਾਨੂੰ ਲੱਗਦਾ ਹੈ ਵੀ ਉਹ ਕਰੀ ਜਾਂਦੇ ਆ ਇੱਕ ਦੂਜੇ ਤੋਂ ਹਨਾ ਕੋਈ ਗੱਲ ਫੜ ਲੈਂਦੇ ਆ ਹਾਂਜੀ 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 ਤੇ ਉਹ ਤੇ ਇਹਦਾ ਸਾਰਾ ਚਲੋ ਗੁਰੂ ਸਾਹਿਬ ਕਿਰਪਾ ਕਰਨ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹੁਣ ਇਹ ਮੈਨੂੰ ਇੱਕੋ ਦੋਵਾਂ ਕਮੈਂਟਾਂ ਦੇ ਵਿੱਚ ਇੰਨੀ ਕੁ ਬੇਨਤੀ ਹੈ ਕਿ ਤੁਸੀਂ ਇੰਨੀ ਕੁ ਗੱਲ ਦੱਸ ਦਿਓ ਕਿ ਇਹ ਜਿਹੜਾ ਸਾਰਾ ਵਾਦ ਵਿਵਾਦ ਆ ਕਿੰਤੂ ਪਰੰਤੂ ਹੈ ਇਹ ਇਹਦਾ ਜਿਹੜਾ ਕਿੱਦਾਂ ਮਿਟ ਸਕਦਾ ਕਿੱਦਾਂ ਖਤਮ ਹੋ ਸਕਦਾ ਹੈ ਕਿੱਦਾਂ ਚੀਜ਼ ਜਿਹੜੀ ਹੈ ਖਤਮ ਹੋ ਸਕਦੀ ਹੈ ਪੰਥ ਕਿੱਦਾਂ ਇਕੱਠਾ ਹੋ ਸਕਦਾ ਆ ਕਿਉਂਕਿ ਆਹ ਸਾਰੇ ਬਾਣੀ ਪੜ੍ਹਨ ਵਾਲੇ ਰਹਿਤੀਏ ਬਹਿਤੀਏ ਸਿੰਘ ਹੋ ਅਤੇ ਮੈਂ ਇਹ ਆਪ ਜੀ ਕੋਲ ਸਾਰੇ ਪੰਥ ਨੂੰ ਆਪ ਜੀ ਦੱਸੋ ਵੀ ਇਹ ਵਿਵਾਦ ਜਿਹੜਾ ਹੈਗਾ ਉਹ ਕਿੱਦਾਂ ਬੰਦ ਹੋਵੇ ਅਤੇ ਨਿੱਜੀ ਰੰਜਸ ਨੂੰ ਭੁੱਲ ਕੇ ਜਿੱਦਾਂ ਜਿਹੜੇ ਗੁਰਮਤਿ ਦਾ ਸਿਧਾਂਤ ਆ ਬਾਣੀ ਜਿਹੜੀ ਅਸਲੀ ਬਾਣੀ ਦੀ ਗੱਲ ਹੈ ਗੁਰੂ ਦੀ ਗੱਲ ਹੈ ਉਹ ਸਾਰੇ ਲੋਕਾਂ ਦੇ ਸੰਗਤ ਵਿੱਚ ਲਿਆ ਕਰਕੇ ਉਹ ਦੱਸੀ ਜਾਵੇ ਕਿ ਨਾ ਕਿ ਜਿਹੜੇ ਔਗਣ ਜਿਹੜੇ ਕੱਢ ਕੱਢ ਕੇ ਦੱਸੀਏ ਲੋਕਾਂ ਨੂੰ ਪੋਲ ਪੋਲ ਕੇ ਕਿਉਂਕਿ ਸਾਂਝ ਕਰੀਜਿਆ ਗੁਣਾ ਕਰੀ ਛਾੜ ਔਗਣ ਚੱਲੀਏ ਪਰ ਆਪਾਂ ਜੇ ਔਗਣ ਬੋਲਣ ਲੱਗ ਪਏ ਤਾਂ ਫਿਰ ਔਗਣ ਕੱਢੇ ਜਿਸ 'ਚ ਮਰਜ਼ੀ ਔਗਣ ਕੱਢੀ ਜਾਓ ਸੋ ਮੇਰੀ ਬੇਨਤੀ ਇਹੋ ਆ ਲਾਸਟ ਵਿੱਚ ਕਿ ਆਪ ਜਿਹੜੇ ਇਹ ਦੱਸੋ ਕਿ ਜਿਹੜਾ ਇਹ ਸਾਰਾ ਜਿਹੜਾ ਮਾਹੌਲ ਆ ਇਹ ਕਿੱਦਾਂ ਮਤਲਬ ਇਹਨੂੰ ਖਤਮ ਕੀਤਾ ਜਾ ਸਕਦਾ ਕਿੱਦਾਂ ਇਹ ਇਹਨੂੰ ਠੱਲ ਪਾਈ ਜਾ ਸਕਦੀ ਹੈ ਜੀ ਅਤੇ ਆਪਾਂ ਦੋਵਾਂ ਸ਼ਬਦਾਂ ਦੇ ਵਿੱਚ ਆਪ ਜੀ ਦੱਸ ਦਿਓ ਹਾਂਜੀ ਇਹਦੇ ਬਾਰੇ ਜੀ ਜਿਵੇਂ ਪਹਿਲਾਂ ਬੇਨਤੀ ਕੀਤੀ ਸਭ ਤੋਂ ਪਹਿਲੀ ਗੱਲ ਤਾਂ ਵਿਚਾਰਨ ਵਾਲੀ ਹੈ ਆਪਾਂ ਕਹਿੰਦੇ ਹਾਂ ਵੀ ਪੰਥ ਵੰਡਿਆ ਹੋਇਆ ਹਾਂਜੀ ਇਹ ਸਾਡੇ ਹਿਸਾਬ ਨਾਲ ਸਟੇਟਮੈਂਟ ਇਹ ਗਲਤ ਆ ਹਾਂ ਕਿਉਂਕਿ ਪੰਥ ਵੰਡਿਆ ਹੋਇਆ ਕਿਵੇਂ ਆ ਦੇਖੋ ਜਥੇਬੰਦੀਆਂ ਬਣੀਆਂ ਹੋਈਆਂ ਨੇ ਠੀਕ ਆ ਪਰ ਜਥੇਬੰਦੀਆਂ ਸਾਰੀਆਂ ਕਿਹੜੇ ਗੁਰੂ ਸਾਹਿਬ ਨੂੰ ਮੰਨਦੀਆਂ ਨੇ ਸਾਡੇ ਗੁਰੂ ਸਾਹਿਬ ਇੱਕ ਗੁਰੂ ਸਾਹਿਬ ਇੱਕ ਨੇ ਸਾਡਾ ਅੰਮ੍ਰਿਤ ਦੀਆਂ ਬਾਣੀਆਂ ਪੰਜਾਂ ਬਾਣੀ ਦੇ ਨਾਲ ਅੰਮ੍ਰਿਤ ਦੀਆਂ ਬਾਣੀਆਂ ਇੱਕ ਨੇ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਸਰਲੋ ਦਾ ਵੱਟ ਆ ਆਪਾਂ ਅਰਦਾਸ ਉਹੀ ਕਰਦੇ ਹਾਂ ਆਪਣੀ ਦੇਗ ਉਹੀ ਜਿਹੜੇ ਸਮੱਗਰੀ ਦੇਗ ਦੀ ਉਹੀ ਆ ਆਪਣਾ ਨਾਮ ਆਪਣਾ
90-95% ਸਾਰਾ ਕੁਝ ਸੇਮ ਆ, ਸੇਮ ਆ, ਜਿਹੜੀਆਂ ਬਹੁਤ ਛੋਟੀਆਂ ਛੋਟੀਆਂ ਜਿਹੜੇ ਫਰਕ ਨੇ, ਜੇ ਆਪਾਂ ਉਹਨਾਂ ਨੂੰ ਲੈ ਕੇ ਆਪਾਂ ਵਿਚਰਾਂਗੇ ਪੰਥ ਦੇ ਵਿੱਚ, ਫਿਰ ਏਕਤਾ ਹੋਣੀ ਫਿਰ ਮੁਸ਼ਕਿਲ ਆ, ਫਿਰ ਮੁਸ਼ਕਿਲ ਆ। ਸਾਨੂੰ ਸੋ 95% ਜਿਹੜੀਆਂ ਗੱਲਾਂ ਸਾਡੀਆਂ ਇਕੱਠੀਆਂ ਨੇ ਉਹਦੇ ਤੇ ਫੋਕਸ ਕਰਨਾ ਚਾਹੀਦਾ, ਤੇ ਉਸ ਤਰੀਕੇ ਨਾਲ ਏਕਤਾ ਆ ਸਕਦੀ। ਦੂਜੇ ਨੰਬਰ ਤੇ ਜਿਵੇਂ ਗੁਰੂ ਸਾਹਿਬ ਨੇ ਹੁਕਮ ਕੀਤਾ, ਦੁਬਧਾ ਦੂਰ ਕਰੋ ਲਿਵ ਲਾਏ, ਫਿਰ ਹਰਨਾਮੇ ਕੇ ਹੋਵੋ ਜੋੜੀ। ਆਪਾਂ ਹਰਨਾਮੇ ਦੇ ਜੋੜੀ ਹੋਈਏ, ਆਪਾਂ ਲਿਵ ਲਾਈਏ, ਨਾਮ ਬਾਣੀ ਦੇ ਵਿੱਚ ਧਿਆਨ ਲਾ ਕੇ ਆਪਣੀ ਚੜ੍ਹਦੀ ਕਲਾ ਕਰੀਏ, ਸਾਡੇ ਬਚਨਾਂ 'ਚ ਇੰਨੀ ਸ਼ਕਤੀ ਹੋਵੇ ਵੀ ਅਸੀਂ ਗੁਰਮਤਿ ਦਾ ਜਿਹੜਾ ਪ੍ਰਚਾਰ ਕਰਨਾ, ਅਸੀਂ ਗੁਰਮਤਿ ਦਾ ਸਿਧਾਂਤ ਦੱਸੀਏ, ਲੋਕਾਂ ਦੇ ਦਿਲ ਦੇ ਅੰਦਰ ਉੱਤਰ ਜਾਵੇ, ਉਹ ਇੰਨੀ ਸਾਡੀ ਸ਼ਕਤੀ, ਚੜ੍ਹਦੀ ਕਲਾ ਵਾਲਾ ਜੀਵਨ ਹੋਵੇ। ਸੋ ਇਹ ਸਾਨੂੰ ਇਹੀ ਲੱਗਦਾ ਕਿ ਆਪਣਾ ਜੀਵਨ ਉੱਚਾ ਕਰੀਏ ਆਪਾਂ, ਤੇ ਆਪਣੇ ਫਿਰ ਆਪਣੇ ਨਾਲ ਦੇ ਲੋਕਾਂ ਦਾ ਜੀਵਨ ਨਾਲ ਸੁਧਰੇਗਾ, ਇਸੇ ਤਰ੍ਹਾਂ ਪੰਥ ਇੱਥੇ ਇਸੇ ਤਰ੍ਹਾਂ ਚੜ੍ਹਦੀ ਕਲਾ ਹੋ ਜਾਣੀ। ਇਹਨਾਂ ਨੂੰ ਜਿਹੜੇ ਨੈਗੇਟਿਵ ਕਰਦੇ ਆ, ਫਿਰ ਸੁਣਨ ਵਾਲੇ ਨਹੀਂ ਹੋਣਗੇ ਇਹਨਾਂ ਨੂੰ ਕੋਈ। ਹਾਂਜੀ, ਅਸੀਂ ਇਹੀ ਐਂਡ ਤੇ ਬੇਨਤੀ ਕਰਦੇ ਹਾਂ ਕਿ ਜਿੰਨੇ ਵੀ ਗੁਰਸਿੱਖ ਨੇ, ਜਿਹਨੂੰ ਇਹ ਮਹਿਸੂਸ ਹੁੰਦਾ ਕਿ ਉਧਰ ਪਾਸੇ ਵਿਪਨ ਨੂੰ ਅਟੈਕ ਹੋ ਰਿਹਾ ਆਪਣੇ ਤੇ, ਅਮਤਲਾ ਕਰੋ, ਤਕੜੇ ਹੋ ਕੇ ਅਮਤਲਾ ਕਰੋ, ਉੱਠੋ, ਨਾਮ ਜਪੋ, ਰਹਿਤ ਰੱਖੋ, ਰਹਿਤ ਦੇ ਸੂਰੇ ਬਣੋ। ਜੇ ਆਪਾਂ ਰਹਿਤ ਦੇ ਸੂਰੇ ਬਣਾਂਗੇ, ਅਮਤਲਾ ਕਰਾਂਗੇ, ਨਾਮ ਜਪਾਂਗੇ, ਤੇ ਫਿਰ ਆਪਣੇ ਨਾਲ ਕੋਈ ਇੱਦਾਂ ਦੀ ਗੱਲ ਹੁੰਦੀ ਨਹੀਂ, ਫਿਰ ਇਹ ਫਿਰ ਜੋ ਸਾਰਾ ਆਪਣਾ ਪ੍ਰਚਾਰ ਸਹੀ ਹੋਣਾ, ਫਿਰ ਹੀ ਚੜ੍ਹਦੀ ਕਲਾ ਹੋ ਸਕਦੀ ਪੰਥ ਦੀ। ਇਹਦਾ ਇਹਦਾ ਹਾਲ ਹੀ ਇਹ ਆ ਕਿ ਸਾਰੇ ਨਾਨਕ ਨਾਮ ਨਿਵਾਸ ਅੰਗਤ ਇੱਕ ਪਾਸੇ ਲੱਗੇ, ਅਮਤਲਾ ਕਰੋ, ਬੰਦਗੀ ਕਰੋ, ਭਗਤੀ ਕਰੋ, ਉਧਰਲੇ ਪਾਸੇ ਗੁਰਬਾਣੀ ਨਾਲ ਜੁੜੋ। ਬਿਲਕੁਲ, ਜਿਵੇਂ ਜਿਵੇਂ ਗੁਰਮਤਿ ਦੇ ਸਿਧਾਂਤ ਦੀ ਆਪਾਂ ਗੱਲ ਕੀਤੀ, ਆਪਾਂ ਪੇਸ਼ ਵੀ ਕਰਨਾ, ਆਪਾਂ ਦੱਸਣਾ, ਆਪਣਾ ਪੱਖ ਵੀ ਦੱਸਣਾ, ਉਹ ਆਪਾਂ ਕੋਸ਼ਿਸ਼ ਕਰਦੇ ਹਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਪਰ ਹੁਣ ਦੇਖਦੇ ਹਾਂ ਕਿ ਬਹੁਤ ਵੀਰ ਗੁਰੂ ਪਿਆਰੇ ਸ਼ੇਅਰ ਕਰਦੇ ਹੁੰਦੇ ਆ ਵੀਡੀਓਜ਼, ਤੇ ਉਹਦੇ ਨਾਲ ਸ਼ੇਅਰ ਕਰਨ ਦੇ ਨਾਲ ਨਾਲ ਆਪਾਂ ਆਪਣਾ ਜੀਵਨ ਉੱਚਾ ਕਰ ਲਈਏ, ਫਿਰ ਉਹਦੇ ਨਾਲ ਫਿਰ ਚੜ੍ਹਦੀ ਕਲਾ ਸ਼ੇਅਰ ਵੀ ਕਰੀਏ, ਆਪਣਾ ਜੀਵਨ ਬਣਾਈਏ। ਸੋ ਇਹੀ ਤਰੀਕਾ ਲੱਗਦਾ ਜੀ। ਚਲੋ ਲਾਸਟ ਵਿੱਚ ਬਾਬਾ ਇੱਕੋ ਬੇਨਤੀ ਆ ਕਿ ਜਿੱਦਾਂ ਉਹ ਕਹਿੰਦੇ ਕਿ ਅਸੀਂ ਸੱਚ ਦਾ ਪ੍ਰਚਾਰ ਕਰ ਰਹੇ ਹਾਂ, ਅਤੇ ਦੂਸਰਾ ਪੱਖ ਜਿਹੜਾ ਵਾ ਉਹ ਗੁਰੂ ਵਾਲਾ, ਗੁਰੂ ਕੇ ਸਿੰਘਾਂ ਦਾ, ਗੁਰਮੁਖ ਪਿਆਰਿਆਂ ਦਾ, ਵੀ ਜਿਹੜੇ ਲੋਕ ਗੁਰੂ ਨੂੰ ਪਿਆਰ ਕਰਨ ਵਾਲੇ ਹੈ ਨਾ, ਜਿਹੜੇ ਗੁਰੂ ਨੂੰ ਪਿਆਰ ਕਰਦੇ ਆ, ਉਹ ਜੇ ਕਿਸੇ ਵਿਅਕਤੀ ਖਾਸ ਦਾ ਨੂੰ ਲੈ ਕੇ ਜੇ ਉਹ ਕਰਨ, ਫਿਰ ਤਾਂ ਹੋ ਸਕਦਾ ਕਿ ਉਹ ਵੀ ਗਲਤ ਹੋ ਸਕਦੇ ਆ ਨਾ। ਜੇ ਗੁਰੂ ਨੂੰ ਮੁੱਖ ਰੱਖ ਕੇ ਕਰਦੇ ਆ, ਤਾਂ ਮੈਂ ਸਮਝਦਾ ਕਿ ਗੁਰੂ ਨੂੰ ਮੁੱਖ ਰੱਖ ਕੇ ਤੁਸੀਂ ਗੱਲ ਕਰ ਰਹੇ ਆ, ਤਾਂ ਫਿਰ ਤਾਂ ਉਹ ਸਹੀ ਹੈਗੀ ਹੈ ਨਾ। ਅਤੇ ਜੇ ਉਹ ਜਿਹੜੀ ਗੱਲ ਜਿਹੜੇ ਦੂਸਰੇ ਆ, ਜਿੱਦਾਂ ਉਹ ਕਹਿੰਦੇ ਵੀ ਅਸੀਂ ਸੱਚ ਦਾ ਪ੍ਰਚਾਰ ਕਰ ਰਹੇ ਹਾਂ, ਵੀ ਅਸੀਂ ਸੱਚ ਬੋਲਦੇ ਹਾਂ, ਅਤੇ ਤੁਹਾਡੇ ਮੁਤਾਬਕ ਕਿੰਨਾ ਕੁ ਸੱਚ ਜਿਹੜਾ ਹੈਗਾ ਆ ਉਹ ਉਹਨਾਂ ਤੋਂ ਝਲਕਦਾ ਆ, ਕਿੱਦਾਂ ਮਤਲਬ ਲੱਗਦਾ ਆ ਵੀ ਸੱਚ ਉਹ ਸੱਚ ਕਿਹਾ ਜਾ ਸਕਦਾ ਕਿ ਗੁਰੂ ਸਾਹਿਬ ਦੀ ਤਰਕ ਕਰਨੀ ਜਾਂ ਕਿੰਤੂ ਪਰੰਤੂ ਉਹਨੂੰ ਸੱਚ ਦਾ ਰੂਪ ਦਿੱਤਾ ਜਾ ਸਕਦਾ? ਸੱਚ ਦਾ ਦੇਖੋ ਜੀ, ਸੱਚ ਦਾ ਇੱਥੋਂ ਹੀ ਪਤਾ ਲੱਗ ਜਾਂਦਾ ਕਿ ਜਦੋਂ ਕੋਈ ਬੰਦਾ ਕੋਈ ਸਟੇਟਮੈਂਟ ਦਿੰਦਾ, ਕੋਈ ਬਿਆਨ ਕਰਦਾ ਜਾਂ ਕੋਈ ਪ੍ਰਚਾਰ ਕਰਦਾ, ਉਹ ਕੀ ਉਹ ਬੈਕਅਪ ਕਰਨ ਲਈ ਗੁਰਬਾਣੀ ਦੀ ਕੋਈ ਰੈਫਰੈਂਸ ਕੋਈ ਦੇ ਸਕਦਾ? ਅੱਜ ਕੱਲ੍ਹ ਇੱਦਾਂ ਦੀਆਂ ਕਿੰਨੀਆਂ ਨੈਗੇਟਿਵ ਗੱਲਾਂ ਸੁਣੀਆਂ ਨੇ ਕਿ ਉਹਦੇ ਲਈ ਗੁਰਬਾਣੀ ਦੇ ਕੋਈ ਬੈਕਅਪ ਕਰਨ ਨੂੰ ਕੁਛ ਨਹੀਂ ਹੁੰਦਾ ਉਹਨਾਂ ਕੋਲ, ਬਸ ਆਪਦੇ ਮਨ ਦੇ ਨਾਲ ਕੋਈ ਗੱਲ ਬਣਾ ਕੇ ਪੇਸ਼ ਕਰ ਦੇਣਾ, ਦਿਮਾਗ ਚੋਂ ਗੱਲ ਕੱਢ ਦੇਣੀ ਆ, ਉਹਨੂੰ ਆਪਾਂ ਮਨ ਮਤ ਕਹਿੰਦੇ ਹੁੰਦੇ। ਸੋ ਇੱਥੋਂ ਸੋ ਸੰਗਤ ਨੂੰ ਆਪ ਸੂਝਵਾਨ, ਸੰਗਤ ਵੀ ਆਪ ਵੀ ਸੂਝਵਾਨ ਆ। ਸੋ ਇਸ ਤਰੀਕੇ ਨਾਲ ਦੇਖਣਾ ਚਾਹੀਦਾ ਕਿ ਗੁਰਬਾਣੀ ਦੇ ਅਨੁਸਾਰ ਕੋਈ ਗੱਲ ਕਹਿ ਰਿਹਾ ਕਿ ਉਹ ਗੁਰਬਾਣੀ ਦੇ ਨਾਲ ਉਹ ਉਸ ਗੱਲ ਨੂੰ ਰੈਫਰੈਂਸ ਦੇ ਕੇ ਪ੍ਰੂਵ ਕਰ ਸਕਦਾ। ਸੋ ਇਸ ਤਰੀਕੇ ਸੱਚ ਦਾ ਤਾਂ ਫਿਰ ਆਪ ਹੀ ਨਵੇੜਾ ਹੋ ਜਾਂਦਾ। ਸੱਚ ਤਾਂ ਇੱਕ, ਸੱਚ ਤਾਂ ਨਾਮ ਆ, ਨਾਮ ਸੱਚ ਆ। ਜੇ ਉਸ ਨਾਮ ਹੈ ਨਹੀਂ, ਨਾਮ ਨਹੀਂ ਜਪ ਰਿਹਾ, ਉਹ ਸੱਚ ਕਿਵੇਂ ਬੋਲ ਸਕਦਾ? ਉਹ ਤਾਂ ਝੂਠ ਹੀ ਬੋਲ ਰਿਹਾ, ਕਿਉਂਕਿ ਹੋਰ ਸਭ ਕੁਛ ਝੂਠ ਆ, ਸੱਚ ਨਾਮ ਅਸਲ। ਸੋ ਸਾਰੀ ਸੰਗਤ ਨੂੰ ਦੋਨੇ ਹੱਥ ਜੋੜ ਕੇ ਬੇਨਤੀ ਆ ਕਿ ਗੁਰਮੁਖ ਪਿਆਰੇ ਨੇ ਜੋ ਵੀ ਵਿਚਾਰਾਂ ਦਿੱਤੀਆਂ ਆ, ਕਿਉਂਕਿ ਇਹ ਉਹ ਸਿੰਘ ਨੇ ਜਿਹੜੇ ਕਿ ਰਹਿਤ ਰੱਖਦੇ ਆ, ਜਿਨ੍ਹਾਂ ਨੇ ਜੀਵਨ ਵਿੱਚ ਸਿੱਖੀ ਕਮਾਈ ਹੈ, ਅਤੇ ਜਿਹੜੇ ਕਮਾ ਰਹੇ ਆ, ਅਤੇ ਜਿਹੜੇ ਮੇਰੇ ਵਾਂਗੂ ਨਹੀਂ ਵੀ ਸਿਰਫ ਬੋਲ ਪਿਕਲੀਆਂ ਗੱਲਾਂ ਕਰਦੇ ਆ। ਤਾਂ ਸੋ ਅਸੀਂ ਇਹਨਾਂ ਗੁਰਮੁਖ ਪਿਆਰਿਆਂ ਦੀ ਧੂੜ ਦੇ ਸਦਕਾ ਜਾਂ ਗੁਰਸਿੱਖਾਂ ਦੀ ਧੂੜ ਦੇ ਸਦਕਾ ਸਾਡੇ ਵਰਗੇ ਜਿਹੜੇ ਮੂਰਖ ਆ ਉਹਨਾਂ ਦਾ ਵੀ ਉਧਾਰ ਹੋਣਾ ਆ। ਸੋ ਗੁਰੂ ਸਾਹਿਬ ਕਿਰਪਾ ਕਰਨ, ਮਿਹਰ ਕਰਨ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਅਸਲੀ ਜਿਹੜੀ ਸਿੱਖੀ ਹੈ, ਅਸਲੀ ਜਿਸ ਤਰ੍ਹਾਂ ਆਪਾਂ ਬਾਣਾ ਪਾਇਆ ਉੱਦਾਂ ਹੀ ਅੰਦਰੋਂ ਬਣ ਸਕੀਏ,
ਤੇ ਜਿਹੜਾ ਸੱਚ ਜਿਹੜਾ ਜਿਹੜੇ ਜਿਹੜੇ ਲੋਕ ਨੇ ਕਿੰਤੂ ਪਰੰਤੂ ਕਰਦੇ ਆ ਜਾਂ ਸਾਡੇ ਗ੍ਰੰਥਾਂ 'ਤੇ ਕਿੰਤੂ ਪਰੰਤੂ ਕਰਦੇ ਆ ਅਤੇ ਉਹ ਜਿਹੜੇ ਜਿਹੜੇ ਹੈਗੇ ਆ ਉਹ ਆਪਣੇ ਆਪ ਹੀ ਇਹਨਾਂ ਗੁਰਮੁਖ ਪਿਆਰਿਆਂ ਦੇ ਕਹਿਣ ਸਦਕਾ ਕਿ ਆਪਾਂ ਜੇ ਆਪਣਾ ਜੀਵਨ ਬਣਾਈਏ ਅਤੇ ਸਾਡੇ ਆਲਾ ਦੁਆਲਾ ਵੀ ਆਪਣੇ ਆਪ ਸਾਨੂੰ ਦੇਖ ਕੇ ਤਿੰਨਾਂ ਦੇਖ ਮਨ ਚਾਓ ਉਠਾਉਂਦਾ ਵੀ ਸਾਡਾ ਵੀ ਜਿਹੜਾ ਆਲਾ ਦੁਆਲਾ ਆਟੋਮੈਟਿਕਲੀ ਜਿਹੜਾ ਚੰਗਾ ਬਣ ਜਾਣਾ ਗੁਰਮੁਖ ਪਿਆਰੇ ਜਾਂ ਹੋਰ ਵੀ ਉਹ ਸਿੰਘ ਆਟੋਮੈਟਿਕਲੀ ਸਿੱਖੀਆਂ ਨੂੰ ਆ ਜਾਣਗੇ ਤਾਂ ਤੁਹਾਡੀ ਗੱਲ ਜਿਹੜੀ ਤੁਸੀਂ ਕਹਿੰਦੇ ਆ ਉਹਦੇ ਵਿੱਚ ਪਾਵਰ ਹੋਊਗੀ ਅਤੇ ਉਹ ਗੱਲ ਦੇ ਵਿੱਚ ਫਿਰ ਉਹ ਤੁਹਾਡੀ ਗੱਲ ਸੁਣਨਗੇ। ਸੋ ਸ਼ੇਅਰ ਕਰਨ ਦੇ ਨਾਲ ਨਾਲ ਜਿੱਥੇ ਆਪਾਂ ਹੋਰ ਗੱਲਾਂ ਕਰਦੇ ਹਾਂ ਉੱਥੇ ਆਪਣਾ ਜੀਵਨ ਵੀ ਬਣਾਈਏ। ਸੋ ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਸਾਰੇ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ, ਤਹਿ ਦਿਲ ਤੋਂ ਧੰਨਵਾਦ ਕਰਦੇ ਵਾਰ ਵਾਰ, ਅਤੇ ਇੱਥੇ ਆਪਾਂ ਸਮਾਪਤੀ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।